ਦੀ ਵੀਜ਼ਾ ਨੂੰ ਲੈ ਕੇ ਸਟੂਡੈਂਟਸ ਆ ਖੁਸ਼ ਨਜ਼ਰ ਆ ਹੀ ਰਹੇ ਨੇ ਕਿ ਹਰ ਪ੍ਰੋਫਾਈਲ ਜਿਹੜੀ ਕਿ ਐਲੀਜੀਬਲ ਹੋ ਰਹੀ ਹੈ ਉਸ ਉੱਪਰ ਵੀਜ਼ਾ ਲਾ ਕੇ ਆ ਰਹੇ ਨੇ, ਬਹੁਤ ਹੀ ਪੋਜ਼ਿਟਿਵ ਰਿਜ਼ਲਟ ਜ਼ਰੂਰ ਨਜ਼ਰ ਆ ਰਹੇ ਨੇ। ਪਰ ਜਿਵੇਂ ਕਿ ਅਸੀਂ ਹਰ ਵਾਰ ਗੱਲ ਕਰ ਰਹੇ ਹਾਂ ਕਿ ਜਿੰਨੇ ਪੋਜ਼ਿਟਿਵ ਰਿਜ਼ਲਟ ਆ ਰਹੇ ਨੇ, ਜਿੰਨਾ ਕੈਨੇਡਾ ਲੀਨੀਅਟ ਨਜ਼ਰ ਆ ਰਿਹਾ, ਉਨਾ ਹੀ ਜੋ ਫਾਈਲਸ ਦਾ ਢੇਰ ਵੀ ਬਹੁਤ ਜ਼ਿਆਦਾ ਹਰ ਇਨਟੇਕ ਦੇ ਨਾਲ ਜ਼ਰੂਰ ਦੇਖਣ ਨੂੰ ਮਿਲ ਰਿਹਾ। ਸੋ ਇਸ ਸਭ ਦੇ ਵਿਚਕਾਰ ਜਿਹੜੀਆਂ ਚੰਗੀਆਂ ਪ੍ਰੋਫਾਈਲਸ ਨੇ, ਕਿਤੇ ਨਾ ਕਿਤੇ ਉਹਨਾਂ ਦੀ ਵੀ ਜੱਦੋਜਹਿਦ ਵੱਧ ਜਾਂਦੀ ਹੈ ਜਦੋਂ ਇੰਨੀ ਸਾਰੀ ਫਾਈਲਸ ਹੁੰਦੀਆਂ ਨੇ ਜਿਹੜੇ ਉਹਨਾਂ ਦੇ ਉੱਪਰ ਰਿਜ਼ਲਟ ਜੋ ਹੈ ਸੀਰੀਅਲ ਵਾਈਜ਼ ਹੀ ਆਉਣਾ ਹੁੰਦਾ ਹੈ, ਇਹਨੇ ਵਿੱਚ ਜੋ ਹੈ ਇਨਟੇਕ ਵੀ ਫੁੱਲ ਹੁੰਦੇ ਨਜ਼ਰ ਆਉਂਦੇ ਨੇ। ਸੋ ਕਿਵੇਂ ਸਹੀ ਟਾਈਮ ਦੇ ਨਾਲ ਲੱਗੇ ਜ਼ਰੂਰ ਵਧਣਾ ਚਾਹੀਦਾ ਹੈ ਤਾਂ ਕਿ ਸਟੈਪ ਬਾਏ ਸਟੈਪ ਤੁਸੀਂ ਪੂਰੀ ਤਿਆਰੀ ਦੇ ਨਾਲ ਲੱਗੇ ਵਧੋ ਅਤੇ ਟਾਈਮਲੀ ਤੁਹਾਨੂੰ ਤੁਹਾਡਾ ਮਨਚਾਹਾ ਕੋਰਸ ਵੀ ਜ਼ਰੂਰ ਮਿਲੇ ਅਤੇ ਜਿਹੜੇ ਇਨਟੇਕ ਵਿੱਚ ਤੁਸੀਂ ਜਾਣਾ ਚਾਹੁੰਦੇ ਹੋ ਉਸ ਇਨਟੇਕ ਵਿੱਚ ਤੁਹਾਨੂੰ ਸੀਟ ਜ਼ਰੂਰ ਮਿਲ ਸਕੇ। ਫਿਲਹਾਲ ਕਿਹੜੇ ਇਨਟੇਕ ਲਈ ਤੁਸੀਂ ਆਪਣੀ ਤਿਆਰੀ ਪੂਰੀ ਰੱਖੋ ਇਸ ਉੱਪਰ ਵੀ ਜਾਣਕਾਰੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। ਔਰ ਕਿਹੜੇ ਚੰਗੇ ਕੋਰਸਿਸ ਦੇ ਨਾਲ ਲੱਗੇ ਵਧੋ, ਕੈਨੇਡਾ ਹੈ ਤਾਂ ਇਸਦਾ ਮਤਲਬ ਇਹ ਨਹੀਂ ਹੈ ਕਿ ਵੀਜ਼ਾ ਲੱਗਿਆ ਹੀ ਪਿਆ ਸਾਡਾ। ਸੋ ਕੈਨੇਡਾ ਹੈ, ਵੀਜ਼ਾ ਦੇ ਰਿਹਾ, ਪੋਜ਼ਿਟਿਵ ਰਿਜ਼ਲਟ ਆ ਰਹੇ ਨੇ, ਪਰ ਤੁਹਾਡੀ ਆਪਣੀ ਜ਼ਿੰਮੇਵਾਰੀ ਇਹ ਹੈ ਕਿ ਅਸੀਂ ਚੰਗੇ ਆਪਸ਼ਨ। ਦੇਖੋ ਜਿਹੜਾ ਹਰ ਸਟੂਡੈਂਟ ਪੰਜਾਬ ਦਾ ਇਸ ਟਾਈਮ ਆਸਟ੍ਰੇਲੀਆ ਜਾਣ ਦਾ ਚਾਹਵਾਨ ਹੈ, ਔਰ ਸਾਨੂੰ ਕੀ ਪ੍ਰੋਬਲਮ ਆਉਂਦੀ ਹੈ ਕਿ ਤੁਸੀਂ ਜੇ ਇੱਕ ਸਾਲ ਤੋਂ ਜ਼ਿਆਦਾ ਗੈਪ ਹੋ ਗਿਆ ਨਹੀਂ ਐਕਸੈਪਟ ਕਰ ਸਕਦੇ, ਗ੍ਰੈਜੂਏਸ਼ਨ ਜਾਂ ਤੁਹਾਡਾ 5-6 ਸਾਲ ਤੋਂ ਜ਼ਿਆਦਾ ਗੈਪ ਹੈ ਫਿਰ ਪ੍ਰੋਬਲਮ ਆਉਂਦੀ ਹੈ। ਬਟ ਯੂਨੀਵਰਸਿਟੀ ਆਫ ਕੈਨਬਰਾ ਦਾ ਜਿਹੜਾ ਬ੍ਰਿਸਬੇਨ ਕੈਂਪਸ ਆ ਉਹਨਾਂ ਤੋਂ ਇੱਕ ਅੱਛੀ ਨਿਊਜ਼ ਆਈ ਹੈ, ਆਰਟਸ ਵਾਲੇ ਬੱਚੇ ਸਟੇਟ ਬੋਰਡ ਦੇ ਹੋਣ ਚਾਹੇ ਪੰਜਾਬ ਬੋਰਡ ਦੇ ਹਰਿਆਣਾ ਬੋਰਡ ਦੇ, ਕਿਉਂਕਿ ਉਹ ਕੋਈ ਵੀ ਯੂਨੀਵਰਸਿਟੀ ਇਸ ਟਾਈਮ ਨਹੀਂ ਲੈ ਰਹੀ ਹੈ, ਲੇਕਿਨ ਇਹ ਲੈ ਰਹੇ ਹੈ। ਔਰ ਤੁਹਾਡੀ ਜਿਹੜੀ ਪਰਸੈਂਟੇਜ ਹੈ ਜਾਂ ਸੀ ਬੀ ਐੱਸ ਈ ਸਟੂਡੈਂਟ ਹੈ 65% ਮੇਨ 4 ਦੇ ਵਿੱਚੋਂ ਜਿਹੜੇ ਚੰਗੇ ਵਾਲੇ 4 ਸਬਜੈਕਟ ਹੈ, ਔਰ ਜਿਹੜੇ ਪੰਜਾਬ ਔਰ ਹਰਿਆਣਾ ਬੋਰਡ ਦੇ ਜਾਂ ਸਟੇਟ ਬੋਰਡ ਦਾ ਕੋਈ ਵੀ ਹੈ ਉਹ 70% ਜਿਨ੍ਹਾਂ ਦੇ 4 ਮੇਨ ਸਬਜੈਕਟ ਦੇ ਕਾਊਂਟ ਕਰਦੇ ਆ, ਓਵਰਆਲ ਨਹੀਂ ਕਾਊਂਟ ਕਰਦੇ। ਆਇਲਟਸ 6.5 ਨੋਟ ਲੈਸ ਦੈਨ 6 ਬੈਂਡ, ਪਲੱਸ 2 ਵਾਲੇ ਬੱਚੇ ਜਿਹੜਾ ਗੈਪ ਹੈ ਇੱਕ ਸਾਲ ਤੋਂ ਜ਼ਿਆਦਾ ਨਾ ਹੋਏ, ਮੀਨਸ 23 ਪਾਸ ਆਊਟ ਲੈ ਰਹੇ ਹਾਂ, ਔਰ ਇਸ ਟਾਈਮ ਜਿਹੜਾ ਫੈਬ ਇਨਟੇਕ ਹਜੇ ਚੱਲ ਰਿਹਾ ਉਹ ਬੱਚੇ ਅਪਰੋਚ ਕਰ ਸਕਦੇ ਆ। ਫੰਡਿੰਗ ਹੋਈ 3 ਮੰਥਸ ਓਲਡ, 1 ਈਅਰ ਦੀ ਫੀਸ ਕਰਾਉਂਦੇ ਆ ਤਾਂ ਤੁਹਾਨੂੰ 15-16 ਲੱਖ ਰੁਪਇਆ ਖਾਲੀ 3 ਮੰਥਸ ਓਲਡ ਸ਼ੋਅ ਕਰਨਾ, ਜਾਂ ਬੈਂਕ ਲੋਨ ਕਰ ਸਕਦੇ ਹੋ। ਇਨਕਮ ਜਿਹੜੀ ਹੈ 10 ਲੱਖ ਤੋਂ ਉੱਪਰ ਹੋਏ ਤਾਂ ਬੈਟਰ ਹੈ, ਔਰ ਅਗਰ ਨਾਲ ਇੱਕ ਸਪੋਂਸਰ ਹੈ ਤਾਂ 15 ਲੱਖ ਦੀ ਇਨਕਮ ਹੋਏ ਪੇਰੈਂਟਸ ਦੇ ਇਲਾਵਾ। ਇਹੀ ਮੇਨ ਅਪਡੇਟ ਹੈ। ਆਇਲਟਸ ਜਿਹੜੀ ਹੈ ਮੈਂ ਫਿਰ ਰਿਪੀਟ ਕਰੂੰਗੀ, 6.5 ਨੋਟ ਲੈਸ ਦੈਨ 6, ਕਿਉਂਕਿ ਆਰਟਸ ਦੇ ਬੱਚੇ ਹੋ ਬਟ ਆਇਲਟਸ ਅੱਛੀ ਚਾਹੀਦੀ, ਕੋਈ ਚੀਜ਼ ਸਾਨੂੰ ਸਟਰੋਂਗ ਚਾਹੀਦੀ ਹੈ। ਸਟੇਟ ਬੋਰਡ ਦੇ ਹੋ, ਸਾਨੂੰ ਇੱਕ ਚੀਜ਼ ਸਟਰੋਂਗ ਚਾਹੀਦੀ ਹੈ, ਉਹ ਅਸੀਂ ਆਇਲਟਸ ਤੋਂ ਤੁਹਾਡੀ ਪੂਰੀ ਕਰ ਰਹੇ ਹਾਂ। ਪੀ ਟੀ ਵਾਲੇ ਬੱਚੇ ਬਹੁਤ ਅੱਛਾ ਰਿਜ਼ਲਟ ਆ ਰਿਹਾ, ਲੇਕਿਨ ਯੂਨੀਵਰਸਿਟੀ ਕਈ ਵਾਰੀ ਪੀ ਟੀ ਵਾਲੇ ਬੱਚਿਆਂ ਦਾ ਥੋੜ੍ਹਾ ਜਿਹਾ ਇੰਟਰਵਿਊ ਕਰ ਲੈਂਦੀ ਹੈ, ਜਿਹਦੀ ਅਸੀਂ ਪੂਰੀ ਤਿਆਰੀ ਕਰਵਾ ਰਹੇ ਹਾਂ, ਕਿਉਂਕਿ ਪੀ ਟੀ ਦਾ ਅਸੀਂ ਦੇਖਿਆ ਰਿਜ਼ਲਟ ਬਹੁਤ ਅੱਛੇ ਆ ਜਾਂਦੇ ਆ, ਕਿਉਂਕਿ ਸਪੀਕਿੰਗ ਉਹਨਾਂ ਦਾ ਜਿੱਦਾਂ ਆਇਲਟਸ ਹੁੰਦਾ ਉੱਦਾਂ ਨਹੀਂ, ਉਹ ਮਸ਼ੀਨ ਸਿਸਟਮ ਹੈ ਅਤੇ ਸਪੀਕਿੰਗ 'ਚ, ਤਾਂ ਇਸ ਕਰਕੇ ਜਿਹੜੇ ਪੀ ਟੀ ਵਾਲੇ ਬੱਚੇ ਅਪਲਾਈ ਕਰਦੇ ਆ ਉਹਨਾਂ ਨੂੰ ਅਸੀਂ ਐਡਵਾਈਸ ਕਰਾਂਗੇ ਥੋੜ੍ਹੀ ਇੰਗਲਿਸ਼ ਦੀ ਘਰ ਥੋੜ੍ਹੀ ਜਿਹੀ ਉਹ ਕਰ ਲਓ, ਪ੍ਰੈਕਟਿਸ ਕਰ ਲਓ, ਜਾਂ ਇੰਗਲਿਸ਼ ਸਪੀਕਿੰਗ ਕਲਾਸਾਂ ਥੋੜ੍ਹੀ ਜਿਹੀ ਲਾ ਲਓ, ਜਿਸ ਦੇ ਵਿੱਚੋਂ ਤੁਹਾਡਾ ਵੀਜ਼ਾ ਜਿਹੜਾ ਬੜਾ ਸੌਖਾ ਨਿਕਲ ਜਾਏ। ਬਾਕੀ ਆਸਟ੍ਰੇਲੀਆ ਦਾ ਐਜ਼ ਯੂਜ਼ੁਅਲ ਵੀਜ਼ਾ ਥੋੜ੍ਹਾ ਘੱਟ ਕੀਤਾ, ਕੋਟਾ ਘੱਟ ਕੀਤਾ, ਬਟ ਅੱਛੇ ਬੱਚਿਆਂ ਨੂੰ ਵੀਜ਼ਾ ਦੇ ਰਹੇ ਆ। ਔਰ ਜਿਹੜਾ ਸਟੈਮ ਪ੍ਰੋਗਰਾਮ ਹੈ ਤੁਹਾਡੇ ਕੋਈ ਆਈ ਟੀ ਤੋਂ ਰਿਲੇਟਿਡ ਪ੍ਰੋਗਰਾਮਸ ਹੈ ਜਾਂ ਇੰਜੀਨੀਅਰਿੰਗ ਤੋਂ ਰਿਲੇਟਿਡ ਹੈ ਜਾਂ ਨਰਸਿੰਗ, ਹੈਲਥ ਕੇਅਰ ਜਾਂ ਅਰਲੀ ਚਾਈਲਡਹੁੱਡ, ਸੋਸ਼ਲ ਕੇਅਰ, ਇਹਨਾਂ ਦੇ ਵਿੱਚ ਵੀਜ਼ਾ ਤੁਹਾਡਾ ਬਹੁਤ ਜ਼ਿਆਦਾ ਚਾਂਸਿਸ ਹੈ ਲੱਗਣ ਦੇ। ਬਾਕੀ ਮਾਹਿਰ ਸਲਾਹ ਵਾਸਤੇ ਤੁਸੀਂ ਜਿਹੜਾ ਨੰਬਰ ਚੱਲ ਰਿਹਾ ਉਸ 'ਤੇ ਤੁਸੀਂ ਕੰਟੈਕਟ ਕਰੋ, ਤੁਹਾਨੂੰ ਇਨਫੋਰਮੇਸ਼ਨ ਪੂਰੀ ਮਿਲੇਗੀ।
ਹੋਪ ਫਾਰ ਦਾ ਬੈਸਟ ਜਿਹੜਾ ਤੁਹਾਡੇ ਆਸਟ੍ਰੇਲੀਆ ਜਾਣ ਦੀ ਚਾਹ ਅਸੀਂ ਪੂਰੀ ਕਰ ਸਕਾਂਗੇ। ਜੋਬ ਚਾਹੀਦੀ ਚਾਹੀਦੀ ਬਿਲਕੁਲ, ਬਿਨਾਂ ਜੋਬ ਦੇ ਬੱਚਿਆਂ ਦਾ ਜਿਹੜਾ ਇੰਨਾ ਪੈਸਾ ਮੁਸ਼ਕਿਲ ਹੈ। ਯੂ ਹੈਵ ਟੂ ਸਿਲੈਕਟ ਰਾਈਟ ਕੋਰਸ। ਸੈਕਿੰਡ, ਜੇ ਆਪਾਂ ਗੱਲ ਕਰੀਏ ਨੋਨ ਮੈਡੀਕਲ ਬੈਕਗਰਾਊਂਡ, ਬੋ ਵੈਲੀ ਕਾਲਜ ਅਲਬਰਟਾ ਦੇ ਵਿੱਚ ਉਹਨਾਂ ਦੇ ਵਿੱਚ ਗੇਮ ਡਿਵੈਲਪਮੈਂਟ ਕੋਰਸ, ਸਾਈਬਰ ਸਿਕਿਉਰਿਟੀ ਕੋਰਸ। ਸਾਈਬਰ ਸਿਕਿਉਰਿਟੀ ਉਹਨਾਂ ਦਾ $23,000 ਦੀ ਫੀਸ ਹੈ ਜਿਹੜਾ ਕਿ ਇੱਕ ਸਾਲ ਪਹਿਲੇ ਹੀ ਬੰਦ ਹੋ ਜਾਂਦਾ। ਗੱਲ ਕਰੀਏ ਆਪਾਂ ਉੱਧਰ ਹੀ ਸਾਈਡ ਨਾਰਥਵੈਸਟ ਕਾਲਜ ਦੀ, ਸੈਪਟੰਬਰ ਦੀ ਕੁਛ ਸੀਟਾਂ, ਸਾਰੀ ਸੀਟਾਂ ਖਤਮ ਹੈ। ਕਿੱਦਾਂ ਕਹਿ ਦਈਏ ਕਿ ਇਹਨਾਂ ਕੈਨੇਡਾ ਦੀ ਡਿਮਾਂਡ ਘੱਟ ਹੈ, ਕਾਲਜਿਸ ਦੇ ਵਿੱਚ ਸੀਟਾਂ ਹੀ ਨਹੀਂ ਹੈ। ਹੁਣ ਤੁਸੀਂ ਇਹ ਦੇਖੋ, ਜੇ ਕੈਰੀਅਰ ਵਾਈਜ਼ ਆਪਾਂ ਦੇਖੀਏ, ਹਮੇਸ਼ਾ ਆਈ ਟੀ ਦਾ ਬੱਚਾ, ਇੰਜੀਨੀਅਰਿੰਗ ਦਾ ਬੱਚਾ, ਹੈਲਥ ਦਾ ਬੱਚਾ। ਥੈਂਕ ਯੂ।